ਮੈਂਬਰਸ਼ਿਪ ਅਭਿਆਨ ਜਾਖੜ ਸਾਹਿਬ ਮੈਂਬਰਸ਼ਿਪ ਅਭਿਆਨ ਕਹਿੰਦੇ ਇੱਕ ਵਾਰੀ ਬੂਸਟ ਕਰਨ ਦੀ ਕੋਸ਼ਿਸ਼ ਫਿਰ ਤੋਂ ਬੂਸਟ ਨਹੀਂ ਜੀ ਪ੍ਰੋਸੈਸ ਹੈ ਜਿਹੜਾ ਕੋਰੋਨਾ ਕਰਕੇ ਵਿਚਾਲੇ ਨਹੀਂ ਸੀ ਇੰਨੇ ਪਰੇ ਚੜ੍ਹ ਸਕੇ ਉਦੋਂ ਡਰੋਪ ਹੋ ਗਿਆ ਸੀ ਨੋਰਮਲੀ ਹਰ 6 ਸਾਲ ਬਾਅਦ ਜਿਹੜਾ ਪੂਰਾ ਪ੍ਰੋਸੈਸ ਮੈਂਬਰਸ਼ਿਪ ਹੈ ਰਿਨਿਊ ਹੁੰਦੀ ਹੈ ਪੁਰਾਣੇ ਸਾਰੇ ਮੈਂਬਰ ਖਾਰਜ ਹੋ ਗਏ ਅਤੇ ਨਵੇਂ ਮੈਂਬਰ ਬਣਨਗੇ ਅਤੇ ਹੁਣ ਜਿਹੜਾ ਹੈ ਪਿਛਲੀ ਵਾਰੀ ਜਦੋਂ ਆ ਕੋਰੋਨਾ ਕਰਕੇ ਵਿਚਾਲੇ ਰੁਕਿਆ ਉਸ ਟਾਈਮ 18 ਕਰੋੜ ਮੈਂਬਰ ਸੀਗੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸੀ ਬੀਜੇਪੀ ਐਤਕੀ ਕੋਸ਼ਿਸ਼ ਰਹੂਗੀ ਵੀ 18 ਕਰੋੜ ਵਾਲਾ ਜਿਹੜਾ ਟਾਰਗੇਟ ਉਹਨੂੰ ਕ੍ਰੋਸ ਕੀਤਾ ਜਾਵੇ ਅਤੇ ਪੰਜਾਬ 'ਚ ਪੰਜਾਬ ਦਾ ਵੀ ਉਹਦਾ 'ਚ ਯੋਗਦਾਨ ਪੂਰਾ ਹੋ ਅੱਜ ਦੇ ਪ੍ਰੋਗਰਾਮ ਰਾਹੀਂ ਕੀ ਕੁਝ ਅੱਜ ਟ੍ਰੇਨਿੰਗ ਹੋਏਗੀ ਜਾਂ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ ਹੁਣ ਸਾਰਾ ਡਿਜੀਟਾਈਜ਼ ਹੈ ਟੈਕਨੋਲੋਜੀ ਡਰਿਵਨ ਹੈ ਸਭ ਉਹ ਸਾਰੇ ਨੂੰ ਲੋਕਾਂ ਨਾਲ ਜਿੱਥੇ ਕਈਆਂ ਕੋਲ ਸਮਾਰਟਫੋਨ ਹੈ ਨਹੀਂ ਉਹਨਾਂ ਦਾ ਕੀ ਪ੍ਰੋਸੈਸ ਰਹੂਗਾ ਕਿਸ ਤਰ੍ਹਾਂ ਇੱਕ ਪਰਿਵਾਰ ਦੇ ਅੰਦਰ ਅਗਰ ਇੱਕ ਫੋਨ ਹੈ ਤਾਂ ਉਹਨੂੰ ਕਿਸ ਤਰ੍ਹਾਂ ਹੋਊਗਾ ਬਹੁਤ ਸਾਰੀ ਟੈਕਨੀਕੈਲਿਟੀਜ਼ ਹੈ ਉਹਨਾਂ ਨੂੰ ਲੈ ਕੇ ਅਤੇ ਬਾਕੀ ਕਿਸ ਤਰ੍ਹਾਂ ਸਾਰੇ ਵਿੰਗਸ ਇਕੱਠੇ ਹੋ ਕੇ ਕੋਆਰਡੀਨੇਟਿਡ ਵੇ ਨਾਲ ਕੰਮ ਕਰਨ ਇਹਦਾ ਇਹਦੇ 'ਤੇ ਸਾਰੀ ਆਪਸ ਵਿੱਚ ਚਰਚਾ ਹੋਊਗੀ ਡਾਕਟਰ ਸਾਹਿਬ ਪਾਰਲੀਮੈਂਟ ਚੋਣਾਂ ਦੇ ਵਿੱਚ ਬੀਜੇਪੀ ਕੋਈ ਬਹੁਤ ਅੱਛਾ ਪੰਜਾਬ ਦੇ ਵਿੱਚ ਨਹੀਂ ਕਰ ਸਕੀ ਤਾਂ ਉਹਨਾਂ ਚੀਜ਼ਾਂ ਵੱਲ ਵੀ ਫੋਕਸ ਕਰਕੇ ਮੈਂਬਰਸ਼ਿਪ ਜਿਹੜੀ ਮੈਂਬਰਸ਼ਿਪ ਨਾਲ ਹੀ ਹੋਣਾ ਸਾਰਾ ਕੁਝ ਜੀ ਉਹ ਸਾਰੇ ਮੈਂਬਰਸ਼ਿਪ ਜਿਹੜਾ ਹੈ ਉਹਨੂੰ ਫੋਕਸ ਕਰਕੇ ਸਾਰਾ ਕੀਤਾ ਜਾਵੇ ਮੈਂਬਰਸ਼ਿਪ ਅਭਿਆਨ ਜਾਖੜ ਸਾਹਿਬ ਮੈਂਬਰਸ਼ਿਪ ਅਭਿਆਨ ਕਹਿੰਦੇ ਇੱਕ ਵਾਰੀ ਬੂਸਟ ਕਰਨ ਦੀ ਕੋਸ਼ਿਸ਼ ਫਿਰ ਤੋਂ ਬੂਸਟ ਨਹੀਂ ਜੀ ਪ੍ਰੋਸੈਸ ਹੈ ਜਿਹੜਾ ਕੋਰੋਨਾ ਕਰਕੇ ਵਿਚਾਲੇ ਨਹੀਂ ਸੀ ਇੰਨੇ ਪਰੇ ਚੜ੍ਹ ਸਕੇ ਉਦੋਂ ਡਰੋਪ ਹੋ ਗਿਆ ਸੀ ਨੋਰਮਲੀ ਹਰ 6 ਸਾਲ ਬਾਅਦ ਜਿਹੜਾ ਪੂਰਾ ਪ੍ਰੋਸੈਸ ਮੈਂਬਰਸ਼ਿਪ ਹੈ ਰਿਨਿਊ ਹੁੰਦੀ ਹੈ ਪੁਰਾਣੇ ਸਾਰੇ ਮੈਂਬਰ ਖਾਰਜ ਹੋ ਗਏ ਅਤੇ ਨਵੇਂ ਮੈਂਬਰ ਬਣਨਗੇ ਅਤੇ ਹੁਣ ਜਿਹੜਾ ਹੈ ਪਿਛਲੀ ਵਾਰੀ ਜਦੋਂ ਆ ਕੋਰੋਨਾ ਕਰਕੇ ਵਿਚਾਲੇ ਰੁਕਿਆ ਉਸ ਟਾਈਮ 18 ਕਰੋੜ ਮੈਂਬਰ ਸੀਗੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸੀ ਬੀਜੇਪੀ ਐਤਕੀ ਕੋਸ਼ਿਸ਼ ਰਹੂਗੀ ਵੀ 18 ਕਰੋੜ ਵਾਲਾ ਜਿਹੜਾ ਟਾਰਗੇਟ ਉਹਨੂੰ ਕ੍ਰੋਸ ਕੀਤਾ ਜਾਵੇ ਅਤੇ ਪੰਜਾਬ 'ਚ ਪੰਜਾਬ ਦਾ ਵੀ ਉਹਦਾ 'ਚ ਯੋਗਦਾਨ ਪੂਰਾ ਹੋ ਅੱਜ ਦੇ ਪ੍ਰੋਗਰਾਮ ਰਾਹੀਂ ਕੀ ਕੁਝ ਅੱਜ ਟ੍ਰੇਨਿੰਗ ਹੋਏਗੀ ਜਾਂ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ ਹੁਣ ਸਾਰਾ ਡਿਜੀਟਾਈਜ਼ ਹੈ ਟੈਕਨੋਲੋਜੀ ਡਰਿਵਨ ਹੈ ਸਭ ਉਹ ਸਾਰੇ ਨੂੰ ਲੋਕਾਂ ਨਾਲ ਜਿੱਥੇ ਕਈਆਂ ਕੋਲ ਸਮਾਰਟਫੋਨ ਹੈ ਨਹੀਂ ਉਹਨਾਂ ਦਾ ਕੀ ਪ੍ਰੋਸੈਸ ਰਹੂਗਾ ਕਿਸ ਤਰ੍ਹਾਂ ਇੱਕ ਪਰਿਵਾਰ ਦੇ ਅੰਦਰ ਅਗਰ ਇੱਕ ਫੋਨ ਹੈ ਤਾਂ ਉਹਨੂੰ ਕਿਸ ਤਰ੍ਹਾਂ ਹੋਊਗਾ ਬਹੁਤ ਸਾਰੀ ਟੈਕਨੀਕੈਲਿਟੀਜ਼ ਹੈ ਉਹਨਾਂ ਨੂੰ ਲੈ ਕੇ ਅਤੇ ਬਾਕੀ ਕਿਸ ਤਰ੍ਹਾਂ ਸਾਰੇ ਵਿੰਗਸ ਇਕੱਠੇ ਹੋ ਕੇ ਕੋਆਰਡੀਨੇਟਿਡ ਵੇ ਨਾਲ ਕੰਮ ਕਰਨ ਇਹਦਾ ਇਹਦੇ 'ਤੇ ਸਾਰੀ ਆਪਸ ਵਿੱਚ ਚਰਚਾ ਹੋਊਗੀ ਡਾਕਟਰ ਸਾਹਿਬ ਪਾਰਲੀਮੈਂਟ ਚੋਣਾਂ ਦੇ ਵਿੱਚ ਬੀਜੇਪੀ ਕੋਈ ਬਹੁਤ ਅੱਛਾ ਪੰਜਾਬ ਦੇ ਵਿੱਚ ਨਹੀਂ ਕਰ ਸਕੀ ਤਾਂ ਉਹਨਾਂ ਚੀਜ਼ਾਂ ਵੱਲ ਵੀ ਫੋਕਸ ਕਰਕੇ ਮੈਂਬਰਸ਼ਿਪ ਜਿਹੜੀ ਮੈਂਬਰਸ਼ਿਪ ਨਾਲ ਹੀ ਹੋਣਾ ਸਾਰਾ ਕੁਝ ਜੀ ਉਹ ਸਾਰੇ ਮੈਂਬਰਸ਼ਿਪ ਜਿਹੜਾ ਹੈ ਉਹਨੂੰ ਫੋਕਸ ਕਰਕੇ ਸਾਰਾ ਕੀਤਾ ਜਾਵੇ ਮੈਂਬਰਸ਼ਿਪ ਅਭਿਆਨ ਜਾਖੜ ਸਾਹਿਬ ਮੈਂਬਰਸ਼ਿਪ ਅਭਿਆਨ ਕਹਿੰਦੇ ਇੱਕ ਵਾਰੀ ਬੂਸਟ ਕਰਨ ਦੀ ਕੋਸ਼ਿਸ਼ ਫਿਰ ਤੋਂ ਬੂਸਟ ਨਹੀਂ ਜੀ ਪ੍ਰੋਸੈਸ ਹੈ ਜਿਹੜਾ ਕੋਰੋਨਾ ਕਰਕੇ ਵਿਚਾਲੇ ਨਹੀਂ ਸੀ ਇੰਨੇ ਪਰੇ ਚੜ੍ਹ ਸਕੇ ਉਦੋਂ ਡਰੋਪ ਹੋ ਗਿਆ ਸੀ ਨੋਰਮਲੀ ਹਰ 6 ਸਾਲ ਬਾਅਦ ਜਿਹੜਾ ਪੂਰਾ ਪ੍ਰੋਸੈਸ ਮੈਂਬਰਸ਼ਿਪ ਹੈ ਰਿਨਿਊ ਹੁੰਦੀ ਹੈ ਪੁਰਾਣੇ ਸਾਰੇ ਮੈਂਬਰ ਖਾਰਜ ਹੋ ਗਏ ਅਤੇ ਨਵੇਂ ਮੈਂਬਰ ਬਣਨਗੇ ਅਤੇ ਹੁਣ ਜਿਹੜਾ ਹੈ ਪਿਛਲੀ ਵਾਰੀ ਜਦੋਂ ਆ ਕੋਰੋਨਾ ਕਰਕੇ ਵਿਚਾਲੇ ਰੁਕਿਆ ਉਸ ਟਾਈਮ 18 ਕਰੋੜ ਮੈਂਬਰ ਸੀਗੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸੀ ਬੀਜੇਪੀ ਐਤਕੀ ਕੋਸ਼ਿਸ਼ ਰਹੂਗੀ ਵੀ 18 ਕਰੋੜ ਵਾਲਾ ਜਿਹੜਾ ਟਾਰਗੇਟ ਉਹਨੂੰ ਕ੍ਰੋਸ ਕੀਤਾ ਜਾਵੇ ਅਤੇ ਪੰਜਾਬ 'ਚ ਪੰਜਾਬ ਦਾ ਵੀ ਉਹਦਾ 'ਚ ਯੋਗਦਾਨ ਪੂਰਾ ਹੋ ਅੱਜ ਦੇ ਪ੍ਰੋਗਰਾਮ ਰਾਹੀਂ ਕੀ ਕੁਝ ਅੱਜ ਟ੍ਰੇਨਿੰਗ ਹੋਏਗੀ ਜਾਂ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ ਹੁਣ ਸਾਰਾ ਡਿਜੀਟਾਈਜ਼ ਹੈ ਟੈਕਨੋਲੋਜੀ ਡਰਿਵਨ ਹੈ ਸਭ ਉਹ ਸਾਰੇ ਨੂੰ ਲੋਕਾਂ ਨਾਲ ਜਿੱਥੇ ਕਈਆਂ ਕੋਲ ਸਮਾਰਟਫੋਨ ਹੈ ਨਹੀਂ ਉਹਨਾਂ ਦਾ ਕੀ ਪ੍ਰੋਸੈਸ ਰਹੂਗਾ ਕਿਸ ਤਰ੍ਹਾਂ ਇੱਕ ਪਰਿਵਾਰ ਦੇ ਅੰਦਰ ਅਗਰ ਇੱਕ ਫੋਨ ਹੈ ਤਾਂ ਉਹਨੂੰ ਕਿਸ ਤਰ੍ਹਾਂ ਹੋਊਗਾ ਬਹੁਤ ਸਾਰੀ ਟੈਕਨੀਕੈਲਿਟੀਜ਼ ਹੈ ਉਹਨਾਂ ਨੂੰ ਲੈ ਕੇ ਅਤੇ ਬਾਕੀ ਕਿਸ ਤਰ੍ਹਾਂ ਸਾਰੇ ਵਿੰਗਸ ਇਕੱਠੇ ਹੋ ਕੇ ਕੋਆਰਡੀਨੇਟਿਡ ਵੇ ਨਾਲ ਕੰਮ ਕਰਨ ਇਹਦਾ ਇਹਦੇ 'ਤੇ ਸਾਰੀ ਆਪਸ ਵਿੱਚ ਚਰਚਾ ਹੋਊਗੀ ਡਾਕਟਰ ਸਾਹਿਬ ਪਾਰਲੀਮੈਂਟ ਚੋਣਾਂ ਦੇ ਵਿੱਚ ਬੀਜੇਪੀ ਕੋਈ ਬਹੁਤ ਅੱਛਾ ਪੰਜਾਬ ਦੇ ਵਿੱਚ ਨਹੀਂ ਕਰ ਸਕੀ ਤਾਂ ਉਹਨਾਂ ਚੀਜ਼ਾਂ ਵੱਲ ਵੀ ਫੋਕਸ ਕਰਕੇ ਮੈਂਬਰਸ਼ਿਪ ਜਿਹੜੀ ਮੈਂਬਰਸ਼ਿਪ ਨਾਲ ਹੀ ਹੋਣਾ ਸਾਰਾ ਕੁਝ
ਉਹ ਸਾਰੇ ਮੈਂਬਰਸ਼ਿਪ ਜਿਹੜਾ ਹੈ ਉਹਨੂੰ ਫੋਕਸ ਕਰਕੇ ਸਾਰਾ ਕੀਤਾ ਜਾਵੇ। ਮੈਂਬਰਸ਼ਿਪ ਅਭਿਆਨ, ਜਾਖੜ ਸਾਹਿਬ ਮੈਂਬਰਸ਼ਿਪ ਅਭਿਆਨ ਕਹਿੰਦੇ ਇੱਕ ਵਾਰੀ ਬੂਸਟ ਕਰਨ ਦੀ ਕੋਸ਼ਿਸ਼ ਫਿਰ ਤੋਂ ਬੂਸਟ ਨਹੀਂ ਜੀ, ਇਹ ਪ੍ਰੋਸੈਸ ਹੈ ਜਿਹੜਾ ਕੋਰੋਨਾ ਕਰਕੇ ਵਿਚਾਲੇ ਨਹੀਂ ਸੀ ਨੇਪਰੇ ਚੜ ਸਕੇ, ਉਦੋਂ ਡਰੋਪ ਹੋ ਗਿਆ ਸੀ। ਨੋਰਮਲੀ ਹਰ 6 ਸਾਲ ਬਾਅਦ ਜਿਹੜਾ ਪੂਰਾ ਪ੍ਰੋਸੈਸ ਮੈਂਬਰਸ਼ਿਪ ਹੈ ਰਿਨਿਊ ਹੁੰਦੀ ਹੈ, ਪੁਰਾਣੇ ਸਾਰੇ ਮੈਂਬਰ ਖਾਰਜ ਹੋ ਗਏ ਅਤੇ ਨਵੇਂ ਮੈਂਬਰ ਬਣਨਗੇ। ਅਤੇ ਹੁਣ ਜਿਹੜਾ ਪਿਛਲੀ ਵਾਰੀ ਜਦੋਂ ਆਹ ਕਰੋਨਾ ਕਰਕੇ ਵਿਚਾਲੇ ਰੁਕਿਆ, ਉਸ ਟਾਈਮ 18 ਕਰੋੜ ਮੈਂਬਰ ਸੀਗੇ, ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸੀ ਬੀਜੇਪੀ। ਐਤਕੀ ਕੋਸ਼ਿਸ਼ ਰਹੂਗੀ ਵੀ 18 ਕਰੋੜ ਵਾਲਾ ਜਿਹੜਾ ਟਾਰਗੇਟ ਹੈ ਉਹਨੂੰ ਕ੍ਰੋਸ ਕੀਤਾ ਜਾਵੇ ਅਤੇ ਪੰਜਾਬ 'ਚ ਪੰਜਾਬ ਦਾ ਵੀ ਉਹਦਾ 'ਚ ਯੋਗਦਾਨ ਪੂਰਾ। ਅੱਜ ਦੇ ਪ੍ਰੋਗਰਾਮ ਰਾਹੀਂ ਕੀ ਕੁਝ ਅੱਜ ਟ੍ਰੇਨਿੰਗ ਹੋਏਗੀ ਜਾਂ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ? ਹੁਣ ਸਾਰਾ ਡਿਜੀਟਾਈਜ਼ ਹੈ, ਟੈਕਨੋਲੋਜੀ ਡਰਿਵਨ ਹੈ ਸਭ, ਉਹ ਸਾਰੇ ਨੂੰ ਲੋਕਾਂ ਨਾਲ, ਜਿੱਥੇ ਕਈਆਂ ਕੋਲ ਸਮਾਰਟਫੋਨ ਹੈ ਨਹੀਂ ਉਹਨਾਂ ਦਾ ਕੀ ਪ੍ਰੋਸੈਸ ਰਹੂਗਾ, ਕਿਸ ਤਰ੍ਹਾਂ ਇੱਕ ਪਰਿਵਾਰ ਦੇ ਅੰਦਰ ਅਗਰ ਇੱਕ ਫੋਨ ਹੈ ਤਾਂ ਉਹਨੂੰ ਕਿਸ ਤਰ੍ਹਾਂ ਹੋਊਗਾ, ਬਹੁਤ ਸਾਰੀ ਟੈਕਨੀਕੈਲਿਟੀਜ਼ ਹੈ ਉਹਨਾਂ ਨੂੰ ਲੈ ਕੇ ਅਤੇ ਬਾਕੀ ਕਿਸ ਤਰ੍ਹਾਂ ਸਾਰੇ ਵਿੰਗਸ ਇਕੱਠੇ ਹੋ ਕੇ ਕੋਆਰਡੀਨੇਟਿਡ ਵੇ ਨਾਲ ਕੰਮ ਕਰਨ, ਇਹਦੇ 'ਤੇ ਸਾਰੀ ਆਪਸ ਵਿੱਚ ਚਰਚਾ ਹੋਊਗੀ। ਡਾਕਟਰ ਸਾਹਿਬ, ਪਾਰਲੀਮੈਂਟ ਚੋਣਾਂ ਦੇ ਵਿੱਚ ਬੀਜੇਪੀ ਕੋਈ ਬਹੁਤ ਅੱਛਾ ਪੰਜਾਬ ਦੇ ਵਿੱਚ ਨਹੀਂ ਕਰ ਸਕੀ ਤਾਂ ਉਹਨਾਂ ਚੀਜ਼ਾਂ ਵੱਲ ਵੀ ਫੋਕਸ ਕਰਕੇ ਮੈਂਬਰਸ਼ਿਪ ਜਿਹੜੀ ਮੈਂਬਰਸ਼ਿਪ ਨਾਲ ਹੀ ਹੋਣਾ ਸਾਰਾ ਕੁਝ, ਉਹ ਸਾਰੇ ਮੈਂਬਰਸ਼ਿਪ ਜਿਹੜਾ ਹੈ ਉਹਨੂੰ ਫੋਕਸ ਕਰਕੇ ਸਾਰਾ ਕੀਤਾ ਜਾਵੇ।